ਕਿਤੇ ਮੇਰੇ ਮੁੰਡੇ ਨੇ ਫੜਨਾ, ਕੁੜੀ ਨੇ ਫੜਨਾ, ਕਿਸੇ ਨੇ ਫੜਦੇ ਰਹਿੰਦੇ ਸੀਗੇ ਤਾਂ ਮੈਂ ਬਾਥਰੂਮ ਤੱਕ ਜਾਂਦੀ ਸੀਗੀ। ਜਿੱਦੇ ਮੇਰਾ ਇਹ ਪ੍ਰੇਸ਼ਨ ਹੋ ਗਿਆ ਉਦੇ ਮੈਂ ਆਪ ਖੁਦ ਤੁਰ ਕੇ ਆਈ ਹਾਂ। ਯਾਨੀ ਕਿ ਮਤਲਬ ਮੇਰਾ ਭਾਰ ਸੀ 1 ਕੁਇੰਟਲ 57 ਕਿਲੋ। ਹੁਣ ਮੈਂ ਆਪਦੇ ਆਪ ਤੁਰ ਸਕਦੀ ਹਾਂ, ਮੈਂ ਆਪਦੇ ਆਪ ਗੇੜੇ ਕੱਢਦੀ ਹਾਂ। ਵੀ ਇਹ ਡਾਕਟਰ ਵਧੀਆ ਵਾ, ਸਾਰੇ ਤੁਸੀਂ ਮਿਲੋ। ਅਤੇ ਡਾਕਟਰ ਸੂਤ ਨੇ ਮੇਰੀ ਜ਼ਿੰਦਗੀ ਵਧਾ ਤੀ। ਮੈਂ ਆਪਦੇ ਬੱਚਿਆਂ ਨੂੰ ਹਮੇਸ਼ਾ ਕਹਿੰਦੀ ਸੀ ਮੈਂ ਨਹੀਂ ਬਚਦੀ, ਉਹਦਾ ਮੈਂ ਦੇਣਾ ਦੇ ਨਹੀਂ ਸਕਦੀ ਡਾਕਟਰ ਦਾ, ਇੰਨਾ ਮੈਂ ਠੀਕ ਹੋ ਗਈ। ਜਿਵੇਂ ਮੇਰਾ ਭਾਰ 1 ਕੁਇੰਟਲ 57 ਕਿਲੋ ਸੀਗਾ, ਅੱਜ ਮੇਰਾ ਭਾਰ ਜਾਣਦੀ 22 ਕਿਲੋ ਘੱਟ ਗਿਆ। ਜਿਵੇਂ ਬੀ ਪੀ ਵਧਣਾ ਉਹ ਵੀ ਮੈਨੂੰ ਹੁਣ ਵੱਧਦਾ ਨਹੀਂ ਗਾ। ਹਾਂਜੀ ਸਤਿ ਸ਼੍ਰੀ ਅਕਾਲ, ਮੇਰਾ ਪਿੰਡ ਜਗਰਾਮੀ, ਨਾਂ ਮੇਰਾ ਕੁਲਦੀਪ ਕੌਰ, ਰਹਿਣ ਵਾਲੀ ਮੈਂ ਰੂਮੀ। ਮੈਂ ਬਹੁਤ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਸੀਗੀ ਅਤੇ ਮੇਰੇ ਜਿਵੇਂ ਪੈਰਾਂ 'ਚ ਸੋਜਾ ਆਉਣਾ, ਜਿਵੇਂ ਮੇਰੇ ਆਏ ਜਿਵੇਂ ਚੱਕਰ ਆਉਣ ਲੱਗ ਜਾਂਦੇ ਆ, ਸਿਰ ਭਾਰੀ ਹੋਣਾ, ਦੋ ਬੰਦਿਆਂ ਨੇ ਮੈਨੂੰ ਫੜ ਕੇ ਤੋਰਨਾ, ਕਿਤੇ ਮੇਰੇ ਮੁੰਡੇ ਨੇ ਫੜਨਾ, ਕੁੜੀ ਨੇ ਫੜਨਾ, ਕਿਸੇ ਨੇ ਫੜਦੇ ਰਹਿੰਦੇ ਸੀਗੇ ਤਾਂ ਮੈਂ ਬਾਥਰੂਮ ਤੱਕ ਜਾਂਦੀ ਸੀਗੀ। ਫਿਰ ਉਹ ਮੈਨੂੰ ਉੱਥੋਂ ਠਾ ਕੇ ਲਿਆਉਂਦੇ ਸੀਗੇ। ਫਿਰ ਇੱਥੇ ਡਾਕਟਰ ਸੂਤ ਜਿਹੜਾ ਮੋਗੇ ਵਿੱਚ ਰਹਿਣ ਵਾਲਾ ਵਾ, ਕਿਸੇ ਨੇ ਦੱਸਿਆ। ਫਿਰ ਮੈਂ ਯੂਟਿਊਬ 'ਤੇ ਦੇਖਿਆ, ਯੂਟਿਊਬ ਤੋਂ ਦੇਖ ਕੇ ਫਿਰ ਮੈਂ ਜਾ ਕੇ ਉਹਨਾਂ ਨੂੰ ਮਿਲੀ। ਫਿਰ ਉਹਨਾਂ ਨਾਲ ਮੈਂ ਗੱਲਬਾਤ ਕੀਤੀ, ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਪੇਟ ਦੇ ਵਿੱਚ 1 ਪਾਣੀ ਵੱਧ ਵਾ, ਪੈਰਾਂ ਦੇ ਵਿੱਚ ਪਾਣੀ ਵੱਧ ਆ, ਲੱਤਾਂ ਬਾਹਾਂ 'ਚ, ਇਹ ਤੁਸੀਂ ਸਰਜਰੀ ਕਰਾ ਲਓ, ਬਿਲਕੁਲ ਠੀਕ ਹੋ ਜਾਓਗੇ। ਫਿਰ ਅਸੀਂ ਘਰਦਿਆਂ ਨਾਲ ਸਲਾਹ ਕੀਤੀ, ਘਰਦਿਆਂ ਨਾਲ ਸਲਾਹ ਕਰਕੇ ਫਿਰ ਅਸੀਂ ਮੁੜ ਕੇ ਇੱਥੇ ਆ ਗਏ। ਇੱਥੇ ਆ ਕੇ ਫਿਰ ਇਹਨਾਂ ਨੇ ਮੇਰਾ ਹਫ਼ਤਾ ਪੂਰਾ ਖਿਆਲ ਰੱਖਿਆ, ਪੂਰੀ ਆਏ ਕਿਰਨ ਕੀਤਾ ਮੇਰਾ ਇਲਾਜ, ਕੋਈ ਮੈਨੂੰ ਦਿੱਕਤ ਨਹੀਂ ਆਈ, ਹਸਪਤਾਲ ਦੇ ਵਿੱਚ ਰੱਖਿਆ। ਅਤੇ ਉਦੋਂ ਬਾਅਦ ਦੇ ਵਿੱਚ ਮੈਂ ਜਦੋਂ ਰਹੀ ਫਿਰ ਮੇਰੀ ਹਫ਼ਤੇ ਬਾਅਦ ਸਰਜਰੀ ਹੋਈ। ਫਿਰ ਜਦੋਂ ਮੇਰੀ ਹਫ਼ਤੇ ਬਾਅਦ ਸਰਜਰੀ ਹੋਈ ਤਾਂ ਫਿਰ ਮੈਂ ਵੀ ਜਾਣਦੀ ਠੀਕ ਹੋ ਗਈ। ਜਿਵੇਂ ਮੈਨੂੰ ਦੋ ਜਾਣੇ ਫੜ ਕੇ ਤੋਰਦੇ ਸੀਗੇ ਉਹ ਹਿਸਾਬ ਨਾਲ, ਜਿੱਦੇ ਮੇਰਾ ਇਹ ਪ੍ਰੇਸ਼ਨ ਹੋ ਗਿਆ ਉਦੇ ਮੈਂ ਆਪ ਖੁਦ ਤੁਰ ਕੇ ਆਈ ਹਾਂ, ਵੀ ਮੈਨੂੰ ਕੋਈ ਤਕਲੀਫ ਨਹੀਂ ਹੋਏਗੀ। ਯਾਨੀ ਕਿ ਮਤਲਬ ਮੇਰਾ ਭਾਰ ਸੀ 1 ਕੁਇੰਟਲ 57 ਕਿਲੋ। 57 ਕਿਲੋ ਭਾਰ ਚੱਕਣਾ ਬਹੁਤ ਔਖਾ ਵਾ, ਉਹ ਸਾਰਿਆਂ ਨੂੰ ਹੀ ਆਪਾਂ ਨੂੰ ਪਤਾ ਵਾ, ਹੈ ਨਾ। ਆਪਦੀ ਸਿਹਤ ਦਾ ਨਾ ਖਿਆਲ ਰੱਖਾਂਗੇ ਹੋਰ ਕੀ ਰੱਖਾਂਗੇ, ਠੀਕ ਆ ਜੀ। ਅਤੇ ਮੇਰਾ ਜਿਹੜਾ ਮਤਲਬ ਇਹ ਆ ਵੀ ਹੁਣ ਮੈਨੂੰ ਬਹੁਤ ਸੌਖਾ ਲੱਗਦਾ ਵਾ, ਜਦੋਂ ਦੀ ਮੇਰੇ ਡਾਕਟਰ ਨੇ ਆਪਰੇਸ਼ਨ ਕੀਤਾ ਵਾ। ਹੁਣ ਮੈਂ ਆਪਦੇ ਆਪ ਤੁਰ ਸਕਦੀ ਹਾਂ, ਮੈਂ ਆਪਦੇ ਆਪ ਗੇੜੇ ਕੱਢਦੀ ਹਾਂ, ਆਪਦੇ ਆਪ ਹੁਣ ਬਾਥਰੂਮ ਜਿੱਥੇ ਜਾਣਾ ਜਾ ਸਕਦੀ ਹਾਂ। ਜਾਣੀ ਦੀ ਜਿਹੜੇ ਮੋਗੇ ਵਾਲੇ ਡਾਕਟਰ ਸੂਤ ਜੀ, ਉਹਨਾਂ ਤੋਂ ਮੈਂ ਇਲਾਜ ਕਰਵਾਇਆ ਸੀਗਾ, ਉਹਨਾਂ ਨੇ ਜਿੰਨਾ ਮੈਨੂੰ ਕਿਹਾ ਸੀਗਾ ਉਦੋਂ ਵੱਧ ਕੋਈ ਮੇਰਾ ਖਰਚਾ ਨਹੀਂ ਆਇਆ। 15 ਦਿਨ ਮੇਰਾ ਪੂਰਾ ਖਿਆਲ ਰੱਖਿਆ ਗਿਆ ਵਾ। ਵੀ ਇਹ ਡਾਕਟਰ ਵਧੀਆ ਵਾ, ਸਾਰੇ ਤੁਸੀਂ ਮਿਲੋ, ਇੱਕ ਵਾਰੀ ਦੇਖੋ ਵੀ ਤੁਹਾਡਾ ਦੇਖ ਮੇਰਾ ਕਿੰਨਾ ਵਜ਼ਨ ਘੱਟ ਗਿਆ, ਕਿੰਨੀ ਮੈਂ ਔਖੀ ਸੀਗੀ, ਬਹੁਤ ਬੁਰਾ ਹਾਲ ਸੀ ਮੇਰਾ। ਅਤੇ ਬਾਕੀ ਮੈਂ ਇਹਨਾਂ ਡਾਕਟਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਦੇ ਹੁਣ ਪੈਰਾਂ 'ਤੇ ਚੱਲਣ ਲਾ ਤਾ, ਕਿਉਂਕਿ ਮੈਂ ਤਾਂ ਮੰਜੇ 'ਤੇ ਬੈਠੀ ਸੀ, ਸਾਰੀਆਂ ਉਮੀਦਾਂ ਛੱਡ ਗਈ ਸੀਗੀ ਅਤੇ ਹੁਣ ਮੈਂ ਐਂ ਤੁਰੀ ਫਿਰਦੀ ਹਾਂ। ਬਾਕੀ ਇਹਨਾਂ ਦਾ ਜਿਹੜਾ ਸਟਾਫ ਆ ਉਹ ਬਹੁਤ ਵਧੀਆ ਵਾ, ਬਹੁਤ ਖਿਆਲ ਰੱਖਦਾ ਵਾ, ਕੋਈ ਐਂ ਨਹੀਂ ਕੋਈ ਗਲਤੀ ਨਹੀਂ ਕੋਈ ਕਰਦਾ ਗਾ, ਉਹਦੀ ਆ ਜਾਂਦਾ ਵਾ। ਵੀ ਡਾਕਟਰ ਜਿੰਨੇ ਚੰਗੇ ਆ ਇਹਨਾਂ ਡਾਕਟਰ ਦਾ ਮੈਂ ਧੰਨਵਾਦ ਕਰਦੀ ਹਾਂ, ਜਿੰਨਾ ਕਹਿ ਲਾਂ ਮੇਰਾ ਨਵਾਂ ਜਨਮ ਕਰਤਾ ਡਾਕਟਰ ਇਸ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਅੱਜ 15 ਦਿਨਾਂ ਬਾਅਦ ਫਿਰ ਆ ਚੁੱਕੀ ਹਾਂ, ਕਿਉਂਕਿ ਅੱਗੇ ਮੇਰੇ ਜਿਵੇਂ ਪਾਣੀ ਸੀਗਾ, ਪੈਰ ਮੇਰੇ ਸੁੱਜਣ ਸੀ, ਜਿਵੇਂ ਸੱਜੇ ਹੋਏ ਸੀ, ਨਾ ਤਾਂ ਮੇਰੇ ਉਹ ਸੋਜ ਆ ਅਤੇ ਨਾਲੇ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ, ਤੁਰਨ ਫਿਰਨ 'ਚ ਮੈਂ ਬਹੁਤ ਵਧੀਆ ਵਾਂ। ਅਤੇ ਡਾਕਟਰ ਸੂਤ ਨੇ ਮੇਰੀ ਜ਼ਿੰਦਗੀ ਵਧਾ ਤੀ, ਮੈਨੂੰ ਆਸ ਮੁੱਕ ਗਈ ਸੀ ਵੀ ਮੈਂ ਹੁਣ ਬਚਦੀ ਨੀਗੀ। ਮੈਂ ਆਪਦੇ ਬੱਚਿਆਂ ਨੂੰ ਹਮੇਸ਼ਾ ਕਹਿੰਦੀ ਸੀ ਮੈਂ ਨਹੀਂ ਬਚਦੀ ਜੀ, ਅਤੇ ਹੁਣ ਮੈਂ ਬਿਲਕੁਲ ਠੀਕ ਹਾਂ।
ਡਾਕਟਰ ਦਾ ਮੈਂ ਦਿਲੋਂ ਧੰਨਵਾਦ ਇੰਨਾ ਕਰਦੀ ਹਾਂ ਇੰਨਾ ਕਰਦੀ ਹਾਂ ਜਿਹਨੇ ਮੇਰਾ ਦੂਜਾ ਜਨਮ ਕਰਤਾ ਅਤੇ ਮੇਰੀ ਜ਼ਿੰਦਗੀ ਵਧੀਆ ਬਣਾਤੀ ਅਤੇ ਮੈਨੂੰ ਇਹਨਾਂ ਦਾ ਸਟਾਫ ਦਾ ਸਾਰੇ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਸਾਂਭਿਆ। ਡਾਕਟਰ ਦਾ ਤਾਂ ਮੈਂ ਦਿਲੋਂ ਇੰਨਾ ਧੰਨਵਾਦ ਕਰਦੀ ਹਾਂ, ਉਹਦਾ ਮੈਂ ਦੇਣਾ ਦੇ ਨਹੀਂ ਸਕਦੀ ਡਾਕਟਰ ਦਾ, ਇੰਨਾ ਮੈਂ ਠੀਕ ਹੋ ਗਈ। ਬਾਕੀ ਜਿੰਨਾ ਉਹਨਾਂ ਨੇ ਮੈਨੂੰ ਪਹਿਲਾਂ ਪੈਸੇ ਵੀ ਕਹੇ ਸੀ ਪੇਮੈਂਟ ਉਨੀ ਲਈ, ਉਦੋਂ ਬਾਅਦ 'ਚ ਮੈਨੂੰ ਮੇਰਾ ਇੱਕ ਰੁਪਈਆ ਨਹੀਂ ਲਿਆ ਗਾ। ਘੱਟੋ ਘੱਟ ਮੈਂ 15-20 ਦਿਨ ਇੱਥੇ ਦਾਖਲ ਰਹੀ ਹਾਂ, ਮੇਰਾ ਇੱਕ ਪੈਸਾ ਨਹੀਂ ਹੋਰ ਲਿਆ, ਵਾਧੂ ਕੁਛ ਨਹੀਂ ਲਿਆ ਗਾ। ਅਤੇ ਮੈਂ ਤੁਹਾਨੂੰ ਇਸ ਗੱਲ ਕਹਿੰਦੀ ਹਾਂ ਵੀ ਜਿੰਨਾ ਮੈਂ ਡਾਕਟਰ ਦਾ ਧੰਨਵਾਦ ਕਰ ਸਕਦੀ ਹਾਂ ਥੋੜ੍ਹਾ ਵਾ। ਜਿਵੇਂ ਮੇਰਾ ਭਾਰ 1 ਕੁਇੰਟਲ 57 ਕਿਲੋ ਸੀਗਾ, ਅੱਜ ਮੇਰਾ ਭਾਰ ਜਾਣਦੀ 22 ਕਿਲੋ ਘੱਟ ਗਿਆ। ਇੰਨੀ ਮੈਨੂੰ ਖੁਸ਼ੀ ਹੋਈ ਆ, ਜਾਣਦੀ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਗਾ, ਵੀ ਮੈਨੂੰ ਇੰਨੀ ਖੁਸ਼ੀ ਹੋਈ ਆ। ਜਿਵੇਂ BP ਵਧਣਾ ਉਹ ਵੀ ਮੈਨੂੰ ਹੁਣ ਵੱਧਦਾ ਨਹੀਂ ਗਾ, ਅਸੀਂ ਘਰ ਵੀ ਚੈੱਕ ਕਰਦੇ ਰਹੇ ਹਾਂ, ਡਾਕਟਰ ਨੇ ਵੀ ਅੱਜ ਚੈੱਕ ਕੀਤਾ, ਕੋਈ ਮੈਨੂੰ BP ਦੀ ਸਮੱਸਿਆ ਨਹੀਂ। ਜਿਵੇਂ ਮੇਰਾ ਸਿਰ ਭਾਰਾ ਰਹਿਣਾ, ਘਮੇਰ ਆਉਣੀ, ਤੁਰਨ ਫਿਰਨ 'ਚ ਜਿਵੇਂ ਗੋਡੇ ਦੁਖਣੇ, ਕੋਈ ਮੇਰੇ ਗੋਡਾ ਨਹੀਂ ਦੁਖਦਾ ਗਾ, ਕੋਈ ਮੈਨੂੰ ਸਮੱਸਿਆ ਨਹੀਂ, ਮੈਂ ਬਹੁਤ ਵਧੀਆ ਵਾਂ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਜਿਵੇਂ ਭਰਾਵਾਂ ਨੂੰ ਮੋਟਾਪੇ ਤੋਂ ਪਰੇਸ਼ਾਨ ਆ, ਜਿਵੇਂ ਮੈਂ ਪਰੇਸ਼ਾਨ ਸੀ, ਡਾਕਟਰ ਨੂੰ ਆ ਕੇ ਮਿਲੋ, ਡਾਕਟਰ ਬਹੁਤ ਵਧੀਆ ਡਾਕਟਰ ਆ, ਇਹਨੂੰ ਮਿਲੋ, ਆਪਦੀ ਸਮੱਸਿਆ ਦੱਸੋ, ਇਹ ਹਮੇਸ਼ਾ ਹੀ ਜਿਹੜੀ ਗੱਲ ਤੁਹਾਨੂੰ ਦੱਸਣਗੇ ਸਮੱਸਿਆ ਦਾ ਹੱਲ ਕੱਢ ਦਿੰਦੇ ਆ, ਜਿਵੇਂ ਮੇਰਾ ਕੱਢਤਾ। ਮੈਂ ਕਹਿੰਦੀ ਹਾਂ ਤੁਸੀਂ ਇੱਕ ਵਾਰੀ ਮਿਲੋ ਇਹਨਾਂ ਨੂੰ, ਫਿਰ ਤੁਹਾਨੂੰ ਸਾਰਾ ਕੁਛ ਪਤਾ ਲੱਗ ਜੂਗਾ।